ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਸਾਹਿਬ ਸਿੰਘ ਜੀ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਜਨਮ 16 ਫਰਵਰੀ ਸਾਲ 1892 ਨੂੰ ਪਿੰਡ ਫੱਤੇਵਾਲੀ ਜ਼ਿਲ੍ਹਾ ਸਿਆਲकोट ਪਾਕਿਸਤਾਨ ਵਿਖੇ ਹੋਇਆ ਆਪ ਜੀ ਦੇ ਪਿਤਾ ਜੀ ਹੀਰਾਨੰਦ ਅਤੇ ਮਾਤਾ ਦਾ ਨਾਮ ਨਿਹਾਲ ਦੇਈ ਸੀ ਆਪ ਜੀ ਦਾ ਪਹਿਲਾ ਨਾਮ ਨਥੂਰਾਮ ਸੀ ਆਪ ਜੀ ਦੇ ਜਨਮ ਤੋਂ ਕੁਝ ਬਾਅਦ ਹੀ ਆਪ ਜੀ ਦੇ ਪਿਤਾ ਨੇ ਪਿੰਡ ਤੋਂ 7 ਮੀਲ ਦੂਰ ਥਰਪਾਲ ਵਿਖੇ ਹੱਟੀ ਪਾ ਲਈ ਅਤੇ ਰਹਿائش ਵੀ ਉੱਥੇ ਕਰ ਲਈ ਆਪ ਜੀ ਦੀ ਮੋਢਲੀ ਵਿਦਿਆ 4.5 ਸਾਲ ਦੀ ਉਮਰ ਵਿੱਚ ਮੀਆਂ ਹਯਾਤ ਸ਼ਾਹ ਕੋਲ ਆਰੰਭ ਹੋਈ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਪ੍ਰਸਿੱਧ ਦਰਬਾਰੀ ਕਵੀ ਹਾਸ਼ਮ ਸ਼ਾਹ ਦਾ ਪੁੱਤਰ ਸੀ ਅਤੇ ਆਪ ਵੀ ਪੰਜਾਬੀ ਦਾ ਪ੍ਰਸਿੱਧ ਦਰਬਾਰੀ ਕਵੀ ਸੀ ਇਸ ਤੋਂ ਬਾਅਦ ਆਪ ਜੀ ਨੇ ਰਈਏ ਤਹਿਸੀਲ ਦੇ ਪ੍ਰਾਇਮਰੀ ਸਕੂਲ ਤੋਂ 1902 ਵਿੱਚ ਪੰਜਵੀਂ ਜਮਾਤ ਪਾਸ ਕੀਤੀ ਜੋ ਕਿ ਥਰਪਾਲ ਤੋਂ 5 ਮੀਲਾਂ ਤੇ ਗੋਤਾ ਫਤਿਹਗੜ ਪਿੰਡ ਵਿੱਚ ਸੀ ਆਪ ਰਾਵਲਪਿੰਟੀ ਡਿਵੀਜ਼ਨ ਵਿੱਚ ਪਹਿਲੇ ਦਰਜੇ ਤੇ ਆਏ ਤੇ ਆਪ ਜੀ ਨੂੰ 6 ਪੇ ਮਹੀਨਾ ਵਜ਼ੀਫਾ ਲੱਗ ਗਿਆ ਥਰਪਾਲ ਪਿੰਡ ਤੋਂ ਗੋਤਾ ਫਤਿਹਗੜ ਦੇ ਰਸਤੇ ਵਿੱਚ ਇੱਕ ਪਿੰਡ ਢੇ ਦੇ ਫੌਜੀ ਸਿੰਘ ਆਏ ਹੋਏ ਸਨ ਜੋ ਹਿੰਦੂ ਅਤੇ ਮੁਸਲਮਾਨ ਫੌਜੀਆ ਨਾਲੋਂ ਵਧੇਰੇ ਸੋਹਣੇ ਅਤੇ ਜਵਾਨ ਲੱਗਦੇ ਸਨ ਨੂੰ ਵੇਖ ਕੇ ਮਨ ਵਿੱਚ ਕੇਸ ਅਤੇ ਦਾੜ ਰੱਖਣ ਦਾ ਖਿਆਲ ਪੱਕਾ ਹੋ ਗਿਆ ਕੇਸ ਰੱਖਣ ਦੇ ਫੁਰਨੇ ਨਾਲ ਹੀ ਆਪਜੀ ਨੇ ਆਪਣਾ ਨਾਮ ਨੱਥੂ ਰਾਮ ਤੋਂ ਬਦਲ ਕੇ ਸਹਿਬ ਸਿੰਘ ਰੱਖਣ ਦਾ ਸੋਚ ਲਿਆ ਜਦੋਂ ਆਪ 8ਵੀਂ ਦਾ ਇਮਤਿਹਾਨ ਦੇ ਕੇ ਵਾਪਸ ਆਏ ਤਾਂ ਆਪ ਦਾ ਵਿਆਹ 25 ਜਨਵਰੀ 1905 ਨੂੰ ਦੁਰਗਾ ਦੇਵੀ ਨਾਲ ਕਰ ਦਿੱਤਾ ਗਿਆ ਮਿਡਲ ਪਾਸ ਕਰਨ ਤੋਂ ਬਾਅਦ ਪਿੰਡ ਥਰਪਾਲ ਤੋਂ 20 ਮੀਲ ਦੂਰ ਫਸਰੂਰ ਹਾਈ ਸਕੂਲ ਤੋਂ 10ਵੀਂ ਪਾਸ ਕਰ ਲਈ। ਇਸੇ ਦੌਰਾਨ ਹੀ ਆਪ ਆਪਣੇ ਰਿਸ਼ਤੇਦਾਰ ਨੂੰ ਮਿਲੇ ਜੋ ਅਮਰਤ ਸ਼ੱਕੇ ਧਰਮ ਸਿੰਘ ਬਣ ਚੁੱਕਾ ਸੀ। ਉਸ ਦੇ ਬਦਲੇ ਰੂਪ ਨੂੰ ਵੇਖ ਕੇ ਆਪ ਜੀ ਦੇ ਅੰਦਰ ਅਮਰਤ ਛਕਣ ਦਾ ਪੁਰਾਣਾ ਸੰਸਕਾਰ ਫਿਰ ਜਾਗ ਉਠਿਆ। ਫਸਰੂਰ ਤੋਂ 7 ਮੀਲ ਤੇ ਇੱਕ ਮੁਸਲਮਾਨ ਫਕੀਰ ਗੁੱਲੂ ਸ਼ਾਹ ਦੇ ਮਕਬਰੇ ਤੇ ਲੱਗਣ ਵਾਲੇ ਸਲਾਨਾ ਮੇਲੇ ਤੇ ਪਿੰਡ ਕਸਾਲ ਵਾਲਾ ਦੀ ਸਿੰਘ ਸਭਾ ਵੱਲੋਂ ਦੀਵਾਨ ਲਾਇਆ ਜਾਂਦਾ ਸੀ ਤੇ ਅੰਮ੍ਰਿਤ ਸੰਚਾਰ ਵੀ ਕੀਤਾ ਜਾਂਦਾ ਸੀ ਇਸ ਦੀਵਾਨ ਵਿੱਚ ਧਰਮ ਸਿੰਘ ਜੀ ਨੇ ਆਪ ਨੂੰ ਤੇ ਆਪ ਦੇ ਮਿੱਤਰ ਤੁਲਸੀ ਰਾਮ ਨੂੰ ਅੰਮ੍ਰਿਤ ਛਕਾਉਣ ਲਈ ਪੰਜਾਂ ਪਿਆਰਿਆਂ ਦੇ ਪੇਸ਼ ਕਰ ਦਿੱਤਾ ਆਪ ਜੀ ਦੇ ਬੇਨਤੀ ਕਰਨ ਤੇ ਜਥੇਦਾਰ ਜੀ ਨੇ ਆਪ ਦੋਹਾਂ ਦੇ ਨਾਮ ਸਹਿਬ ਸਿੰਘ ਅਤੇ ਜਗਜੋਤ ਸਿੰਘ ਰੱਖੇ ਜਾਣ ਲਈ ਮੰਜ਼ੂਰੀ ਦੇ ਦਿੱਤੀ। ਪਸਰੂਰ ਵਿੱਚ ਇੱਕ ਵਾਰੀ ਮੁਸਲਮਾਨਾਂ, ਆਰੀਆ ਸਮਾਜੀਆਂ ਤੇ ਈਸਾਈਆਂ ਨੇ ਇੱਕ ਸਾਂਝੇ ਜਲਸੇ ਵਿੱਚ ਆਰੀਆ ਸਮਾਜ ਦੇ ਇੱਕ ਪ੍ਰਚਾਰਕ ਪਾਸੋਂ ਆਪ ਜੀ ਨੇ ਸੰਸਕ੍ਰਿਤ ਦੇ ਸ਼ਲੋਕ ਸੁਨੇ ਤਾਂ ਆਪ ਜੀ ਦੇ ਮਨ ਵਿੱਚ ਸੰਸਕ੍ਰਿਤ ਲਈ ਸ਼ੌਂਕ ਵਧਣ ਤੇ ਸਕੂਲ ਵਿੱਚ ਆਪ ਨੇ ਫਾਰਸੀ ਦੀ ਥਾਂ ਸੰਸਕ੍ਰਿਤ ਲੈ ਲਈ ਜਿਸ ਵਿੱਚੋਂ ਆਪ ਪਹਿਲੇ ਨੰਬਰ ਤੇ ਆਏ। ਹਾਈ ਸਕੂਲ ਵਿੱਚ ਪੜ੍ਹਨ ਦੌਰਾਨ ਹੀ ਆਪ ਦੇ ਪਿਤਾ ਜੀ 20 ਜੁਲਾਈ 1907 ਈਸਵੀ ਨੂੰ ਸਦੀਵੀ ਵਿਛੋੜਾ ਦੇ ਗਏ ਪਰ ਗਰੀਬੀ ਦੇ ਬਾਵਜੂਦ ਵੀ ਆਪ ਜੀ ਨੂੰ 10ਵੀਂ ਜਰੂਰ ਕਰਾਉਣ ਦੀ ਤਾਕੀਦ ਪਰਿਵਾਰ ਨੂੰ ਕਰ ਗਏ ਤਿੰਨ ਛੋਟੇ ਭਰਾ ਤਿੰਨ ਭੈਣਾਂ ਅਤੇ ਮਾਤਾ ਜੀ ਸਮੇਤ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਹੋਇਆਂ ਵੀ ਆਪ ਜੀ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਜਿਸ ਵਿੱਚ ਸਾਰੇ ਪਰਿਵਾਰ ਨੇ ਆਪ ਜੀ ਨੂੰ ਸਹਿਯੋਗ ਦਿੱਤਾ ਉਦਾਹਰਣ ਵਜੋਂ ਜਦੋਂ 10ਵੀਂ ਦਾ ਦਾਖਲਾ ਭੇਜਣਾ ਸੀ ਤਾਂ ਆਪ ਜੀ ਦੀ ਵਿਧਵਾ ਭੂਆ ਰਾਧੀ ਨੇ ਆਪਣੇ ਗਹਿਣੇ ਗਿਰਵੀ ਰੱਖ ਕੇ ਕਰਜ਼ਾ ਚੁੱਕ ਕੇ ਦਾਖਲਾ ਫੀਸ ਦਿੱਤੀ ਆਪਜੀ ਦੇ ਪਸਰੂਰ ਬੋਰਡਿੰਗ ਹਾਊਸ ਵਿੱਚ ਰਹਿਣ ਦੌਰਾਨ ਆਪਜੀ ਦੇ ਛੋਟੇ ਭਰਾ 20 ਮੀਲ ਦਾ ਪੈਂਡਾ ਤੈਅ ਕਰਕੇ ਹਰ ਮਹੀਨੇ 20 ਸੇਰ ਆਟਾ ਪਹੁੰਚਾਉਂਦੇ ਰਹੇ ਗਰੀਬੀ ਕਾਰਨ ਆਪਜੀ ਨੇ 1909 ਵਿੱਚ ਪੜ੍ਹਾਈ ਛੱਡ ਕੇ ਸਾਗਲਾ ਜ਼ਿਲ੍ਹਾ ਲਾਇਲਪੁਰ ਦੇ ਇੱਕ ਮਿਡਲ ਸਕੂਲ ਵਿੱਚ 15 ਰੁਪਏ ਮਹੀਨੇ ਤੇ ਸੈਕੰਡ ਮਾਸਟਰ ਦੀ ਨੌਕਰੀ ਕਰ ਲਈ ਇੱਥੇ ਹੀ ਆਪਜੀ ਨੇ ਇੱਕ ਵਾਰ ਭਾਈ ਗਿਆਨ ਸਿੰਘ ਨਾਮ ਧਾਰੀ ਪਾਸੋਂ ਗੁਰਬਾਣੀ ਦੀ ਏਕ-ਏਕ ਤੁਕ ਦੇ ਕਈ-ਕਈ ਅਰਥ ਸੁਣੇ ਅਤੇ ਇਸ ਵਿਦਵਤਾ ਤੋਂ ਆਪ ਜੀ ਬਹੁਤ ਪ੍ਰਭਾਵਿਤ ਹੋਏ 1910 ਵਿੱਚ ਸਾਂਗਲੇ ਸਕੂਲ ਤੋਂ ਜਵਾਬ ਮਿਲਣ ਤੇ ਆਪ ਜੀ ਨੇ ਡਾਕਖਾਨੇ ਦੀ ਨੌਕਰੀ ਲਈ ਅਰਜੀ ਭੇਜੀ ਘਰੋਂ 40 ਮੀਲ ਦੂਰ ਸਿਆਲਕੋਟ ਵਿਖੇ ਜਾਣ ਲਈ ਕਰਾਏ ਦੇ 2 ਰੁਪਏ ਵੀ ਆਪ ਜੀ ਨੂੰ ਆਪ ਜੀ ਦੀ ਮਾਤਾ ਨੇ ਇੱਕ ਔਰਤ ਤੋਂ ਫੜ ਕੇ ਉਧਾਰ ਦਿੱਤੇ ਆਪ ਜੀ ਨੂੰ तहसील ਦੇ ਡਾਕਖਾਨੇ ਵਿੱਚ 20 ਰੁਪਏ ਮਹੀਨੇ ਤੇ ਨੌਕਰੀ ਮਿਲ ਗਈ ਪਰ ਆਪ ਜੀ ਦਾ ਮਨ ਹੋਰ ਪੜਨ ਦਾ ਸੀ ਆਪ ਨੇ ਘਰ ਦੀ ਅਤਿ ਗਰੀਬੀ ਦੇ ਬਾਵਜੂਦ ਡਾਕਖਾਨੇ ਦੀ ਕਲਰਕੀ ਤੋਂ ਅਸਤੀਫਾ ਦੇ ਕੇ 1911 ਵਿੱਚ ਦਿਆਲ ਸਿੰਘ ਕਾਲਜ ਲਾਹੌਰ ਵਿਖੇ ਆਪਣੇ ਪੁਰਾਣੇ ਉਸਤਾਦ ਪੰਡਿਤ ਵਿਸਤਾ ਪ੍ਰਸਾਦ ਦੀ ਮਦਦ ਨਾਲ ਦਾਖਲਾ ਲੈ ਲਿਆ ਆਪ ਜੀ ਨੂੰ 5 ਰੁਪਏ ਮਹੀਨਾ ਵਜ਼ੀਫਾ ਚੀਪ ਖਾਲਸਾ ਦੀਵਾਨ ਅੰਮ੍ਰਿਤਸਰ ਵੱਲੋਂ ਮਿਲਦਾ ਤੇ 5 ਰੁਪਏ ਹੀ ਆਪ ਜੀ ਦੇ دوست ਹਰਦੇਵਾਲ ਸਿੰਘ ਦੇ ਭਰਾ ਗੁਰਦੇਵਾਲ ਸਿੰਘ ਤੋਂ ਖਰਚੇ ਲਈ ਮਿਲਦੇ 1913 ਵਿੱਚ ਐਫਏ ਕਰਨ ਤੋਂ ਬਾਅਦ ਆਪ ਜੀ ਗਵਰਨਮੈਂਟ ਕਾਲਜ ਲਾਹੌਰ ਵਿਖੇ 10 ਰੁਪਏ ਮਹੀਨਾ ਸਰਕਾਰੀ ਵਜੀਫਾ ਲੈ ਕੇ ਦਾਖਲ ਹੋ ਗਏ ਇਸੇ ਸਾਲ ਪਿੰਡ ਆਈ ਇੱਕ ਬਰਾਤ ਨਾਲ ਆਏ ਇੱਕ ਆਰੀਆ ਸਮਾਜੀ ਪ੍ਰਚਾਰਕ ਪਾਸੋਂ ਏਕ-ਏਕ ਤੋਕ ਦੇ ਕਈ-ਕਈ ਅਰਥ ਕਰਨ ਦੀ ਵਿਦਵਤਾ ਨਿਰੀ ਬੇਸਮਜੀ ਹੋਣ ਦਾ ਪਤਾ ਲੱਗਾ ਤਾਂ ਆਪ ਜੀ ਦਾ ਧਿਆਨ ਗੁਰਬਾਣੀ ਦੀ ਖੋਜ ਵੱਲ ਗਿਆ 1915 ਵਿੱਚ ਆਪ ਜੀ ਨੇ ਕਾਲਜ ਵਿੱਚ ਸੰਸਕ੍ਰਿਤ ਵਿੱਚੋਂ ਪਹਿਲੇ ਨੰਬਰ ਤੇ ਰਹਿ ਕੇ ਬੀਏ ਪਾਸ ਕੀਤੀ ਅਤੇ ਯੂਨੀਵਰਸਿਟੀ ਵੱਲੋਂ ਆਪ ਜੀ ਨੂੰ ਚਾਂਦੀ ਦਾ ਮੈਡਲ ਮਿਲਿਆ ਇਸ ਪਿੱਛੋਂ ਆਪ ਖਾਲਸਾ ਹਾਈ ਸਕੂਲ ਫਰੂਕਾ ਵਿਖੇ 75 ਰੁਪਏ ਮਹੀਨੇ ਤੇ 3rd ਮਾਸਟਰ ਲੱਗ ਗਏ 1916 ਵਿੱਚ ਆਪ ਜੀ ਨੇ ਨਵੇਂ ਖੁੱਲੇ ਗੁਰੂ ਨਾਨਕ ਖਾਲਸਾ ਕਾਲਜ ਗੁਜਰਾਵਾਲੇ ਵਿੱਚ ਗੁਰਬਾਣੀ ਅਤੇ ਸੰਸਕ੍ਰਿਤ ਪੜਾਉਣ ਦੀ ਨੌਕਰੀ 70 ਰੁਪਏ ਮਹੀਨੇ ਤੇ ਪ੍ਰਵਾਨ ਕਰ ਲਈ ਇੱਥੇ ਹੀ 1920 ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਸਮੇਂ ਪਾਠ ਦੀ ਡਿਊਟੀ ਕਰਦਿਆਂ ਆਪ ਜੀ ਇੱਕੋ ਹੀ ਟੋਕ ਵਿੱਚ ਇੱਕੋ ਸ਼ਬਦ ਮੁਕਤੇ ਸਿਹਾਰੀ ਅਤੇ ਔਂਕੜ ਨਾਲ ਵੇਖ ਕੇ ਹੈਰਾਨ ਰਹਿ ਗਏ ਗੰਭੀਰ ਵਿਚਾਰ ਅਤੇ ਡੂੰਗੀ ਸੋਚ ਦੁਆਰਾ ਮਿਲੇ ਅਰਥਾਂ ਤੋਂ ਗੁਰਬਾਣੀ ਵਿਆਕਰਨ ਦਾ ਮੋਢ ਬੱਜਾ 1921 ਵਿੱਚ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ ਆਪ ਨੇ ਜਾ ਕੇ ਮੌਕਾ ਦੇਖਿਆ ਤਾਂ ਆਪ ਦਾ ਮਨ ਉਦਾਸੀ ਨਾਲ ਭਰ ਗਿਆ ਇਸੇ ਸਾਲ ਗੁਜਰਾਂਵਾਲਾ ਕਾਲਜ ਦਾ ਸਬੰਧ ਯੂਨੀਵਰਸਿਟੀ ਨਾਲੋਂ ਟੁੱਟਣ ਕਾਰਨ ਆਪ ਜੀ ਨੇ ਸ਼ਰਮਣੀਕੋ ਅਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਿੱਚ ਮੀਸ ਕਤ ਦੇ ਡਿਊਟੀ ਕਰ ਲਈ ਇਸ ਡਿਊਟੀ ਦੌਰਾਨ ਲੱਗਣ ਵਾਲੇ ਚਾਬੀਆਂ ਦੇ ਮੋਰਚੇ ਅਤੇ ਕਿਰਪਾਨ ਦੇ ਮੋਰਚੇ ਸਮੇਂ ਸਿੱਖ ਪੰਥ ਨੂੰ ਇਤਿਹਾਸਿਕ ਜਿੱਤਾਂ ਮਿਲੀਆਂ ਫਿਰ ਕਰਮਵਾਰ 1922 ਅਤੇ 23 ਵਿੱਚ ਲੱਗੇ ਗੁਰੂ ਕੇ ਬਾਗ ਦੇ ਮੋਰਚੇ ਅਤੇ ਜੈਤੋ ਦੇ ਮੋਰਚੇ ਸਮੇਂ ਆਪ ਜੀ ਨੂੰ ਕੈਦ ਕਟਣੀ ਪਈ ਪਰ ਆਪ ਜੀ ਨੇ ਇਹਨਾਂ ਮੌਕਿਆਂ ਨੂੰ ਵੀ ਗੁਰਬਾਣੀ ਵਿਆਕਰਨ ਦੀ ਖੋਜ ਲਈ ਵਰਤਿਆ 1926 ਵਿੱਚ ਗੁਜਰਾਂਵਾਲਾ ਕਾਲਜ ਦੁਬਾਰਾ ਖੁੱਲ ਜਾਣ ਤੇ ਆਪ ਜੀ ਫਿਰ ਉੱਥੇ ਸੰਸਕ੍ਰਿਤ ਗੁਰਬਾਣੀ ਪੰਜਾਬੀ ਅਤੇ ਹਿੰਦੀ ਦੇ ਪ੍ਰੋਫੈਸਰ ਲੱਗ ਗਏ ਇੱਥੇ ਖਾਲਸਾ ਯਤੀਮ ਖਾਨੇ ਵਿੱਚ ਰੋਜ਼ਾਨਾ ਸ਼ਾਮ ਤੇ ਸਤਸੰਗ ਵਿੱਚ ਬਾਬਾ ਤੇਜਾ ਸਿੰਘ ਜੀ ਰਿਟਾਇਰਡ ਏਟੀਐਸ ਹੈਡਮਾਸਟਰ ਸ਼ੈਬਰ ਸਿੰਘ ਜੀ ਭਾਈ ਹਿਮਤ ਸਿੰਘ ਜੀ ਅਧਿਆਪਕ ਜਤੀਮਖਾਨਾ ਪ੍ਰੋਫੈਸਰ ਨਰੈਣ ਸਿੰਘ ਜੀ ਐਮ ਐਸ ਸੀ ਪ੍ਰੋਫੈਸਰ ਸੁੰਦਰ ਸਿੰਘ ਜੀ ਜੀ ਐਮ ਐਸ ਸੀ ਡਾਕਟਰ ਰਣ ਸਿੰਘ ਜੀ ਸੁਪੁੱਤਰ ਬਾਬੂ ਤੇਜਾ ਸਿੰਘ ਜੀ ਪਸਹੋੜ ਭਾਈ ਨੰਦ ਸਿੰਘ ਜੀ ਦੁਕਾਨਦਾਰ ਆਉਂਦੇ ਸਨ ਇਸ ਸਤਸੰਗ ਵਿੱਚ 1927 ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਗੁਰਬਾਣੀ ਵਿਆਕਰਣ ਸਾਰਨ ਸ਼ੁਰੂ ਕਰਕੇ 1928 ਵਿੱਚ ਪੂਰੇ ਕੀਤੇ ਗਏ 1929 ਵਿੱਚ ਆਪ ਜੀ ਲਈ ਇੱਕ ਵਾਰ ਫਿਰ ਰੁਜ਼ਗਾਰ ਦੀ ਮੁਸ਼ਕਲ ਬਣੀ ਤਾਂ ਆਪ ਨੇ ਅੰਮ੍ਰਿਤਸਰ ਜਾ ਕੇ ਮਾਸਕ ਪੱਤਰ ਜੀਵਨ ਜਾਰੀ ਕਰਨ ਦਾ ਫੈਸਲਾ ਕੀਤਾ ਜੁਲਾਈ 1929 ਵਿੱਚ ਆਪ ਜੀ ਨੇ ਪੱਟਾਂ ਦੇ ਸਵੈਏ ਦਾ ਸਟਿੱਕ ਲਿਖਣਾ ਸ਼ੁਰੂ ਕੀਤਾ ਜੋ ਕਿ 3 ਮਹੀਨੇ ਵਿੱਚ ਪੂਰਾ ਕੀਤਾ ਇਨ੍ਹਾਂ ਹੀ ਦਿਨਾਂ ਵਿੱਚ ਆਪ ਜੀ ਨੇ ਸ਼੍ਰੋਮਣੀ ਕਮੇਟੀ ਵਿੱਚ ਇੱਕ ਵਾਰ ਫਿਰ ਦਫ਼ਤਰ ਸੁਪੇਡੰਡ ਬਣਨਾ ਪ੍ਰਵਾਨ ਕਰ ਲਿਆ 4 ਨਵੰਬਰ 1929 ਨੂੰ ਨੌਕਰੀ ਛੱਡ ਕੇ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪ੍ਰੋਫੈਸਰ ਲੱਗ ਗਏ 1932 ਵਿੱਚ ਗੁਰਬਾਣੀ ਵਿਆਕਰਨ ਦੀ ਕਿਤਾਬ ਪੂਰੀ ਕਰ ਲਈ ਜਿਸ ਉੱਤੇ ਆਪ ਜੀ ਨੂੰ ਸ਼ੋਮਣੀ ਕਮੇਟੀ ਵੱਲੋਂ 1939 ਵਿੱਚ 1000 ਰੁਪਏ ਦਾ ਇਨਾਮ ਮਿਲਿਆ ਫਿਰ ਤਾਂ ਲਗਾਤਾਰ ਵਿਆਕਰਨ ਅਨੁਸਾਰ ਅਲੱਗ-ਅਲੱਗ ਬਾਣੀਆਂ ਦੇ ਟੀਕੇ ਲਿਖਣ ਦੀ ਲੜੀ ਹੀ ਚੱਲ ਪਈ ਰੇਡੀਓ ਪ੍ਰਸਾਰਣ ਲਈ ਆਪ ਜੀ ਨੇ 1951 ਵਿੱਚ ਸਿਮਰਨ ਦੇ ਮਜਮੂਨ ਤੇ 13 ਲੇਖ ਲਿਖੇ 1952 ਵਿੱਚ ਖਾਲਸਾ ਕਾਜ ਤੋਂ ਰਿਟਾਇਰ ਹੋਏ ਤਾਂ ਆਪ ਜੀ ਨੂੰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਬਣਾ ਦਿੱਤਾ ਗਿਆ। ਇੱਥੇ ਰਹਿੰਦਿਆਂ ਆਪ ਜੀ ਨੇ 1957 ਤੋਂ 1961 ਤੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰੇ ਸਟੇਕ ਦਾ ਕੰਮ ਆਪਣੀ ਨਾਜੁਕ ਸੇਧ ਦੇ ਹੁੰਦਿਆਂ ਵੀ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਨਾਲ ਪੂਰਾ ਕਰ ਲਿਆ ਅਤੇ ਸ਼ੁਕਰਾਨਾ ਕਰਦਿਆਂ ਕਿਹਾ ਇਹ ਉਸੇ ਸੱਚੇ ਪਾਤਸ਼ਾਹ ਜੀ ਦੀ ਹੀ ਮਿਹਰ ਹੈ ਨਹੀਂ ਤਾਂ ਕਿੱਥੇ ਰਾਜਾ ਭੋਗ ਤੇ ਕਿਥੇ ਗੰਗੂ ਤੇਲੀ ਇਸ ਸਾਰੇ ਕੰਮ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਰੱਖਿਆ ਗਿਆ ਅਤੇ ਜਿਸ ਨੂੰ ਰਾਜ ਪਬਲਿਸ਼ਰ ਜਲੰਧਰ ਨੇ 10 ਸੈਂਚੀਆਂ ਵਿੱਚ ਬੜੀ ਮਿਹਨਤ ਨਾਲ ਛਾਪਿਆ। ਭਾਸ਼ਾ ਵਿਭਾਗ ਪਟਿਆਲਾ ਵੱਲੋਂ ਆਪ ਜੀ ਨੂੰ ਆਪ ਜੀ ਦੀ ਕਿਤਾਬ ਸਿੱਖ ਸਿਦਕ ਨਾ ਹਾਰੇ ਤੇ 400 ਰੁਪਏ ਦਾ ਇਨਾਮ 1963 ਵਿੱਚ ਦਿੱਤਾ ਗਿਆ। 1965 ਵਿੱਚ ਸਿੰਘ ਸਭਾ ਬੈਂਕਾਕ ਵੱਲੋਂ 2000 ਰੁਪਏ ਇਨਾਮ ਵਜੋਂ ਭੇਜੇ ਗਏ। 1971 ਵਿੱਚ ਆਪ ਜੀ ਨੂੰ ਡਾਕਟਰ ਆਫ ਲਿਟਰੇਚਰ ਦੀ ਡਿਗਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਦਿੱਤੀ ਗਈ ਅਤੇ ਇਨ੍ਹਾਂ ਹੀ ਦਿਨਾਂ ਵਿੱਚ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਭਾਈ ਜੋਗ ਸਿੰਘ ਦੀ ਪ੍ਰਧਾਨਗੀ ਹੇਠ ਆਪ ਜੀ ਨੂੰ ਫੈਲੋਸ਼ਿਪ ਦੇਣੀ ਪ੍ਰਵਾਨ ਕੀਤੀ ਦਿਨੋ ਦਿਨ ਘਟ ਰਹੀ ਸਿਹਤ ਉਤੇ ਪਾਰਕਿੰਸਨ ਨਾਂ ਦੀ ਬਿਮਾਰੀ ਨੇ ਐਸਾ ਹਲਾ ਬੋਲਿਆ ਕਿ ਹੌਲੀ ਹੌਲੀ ਸਰੀਰ ਦੇ ਸਾਰੇ ਅੰਗ ਦਿਮਾਗ ਦੇ ਕੰਟਰੋਲ ਤੋਂ ਆਜ਼ਾਦ ਹੁੰਦੇ ਗਏ ਅਤੇ ਚੱਲਣ ਫਿਰਨ ਬੋਲਣ ਅਤੇ ਹੋਰ ਸਭ ਸਰੀਰਕ ਕਿਰਿਆਵਾਂ ਤੋਂ ਜਵਾਬ ਦੇ ਗਏ। ਬਿਮਾਰੀ ਦੀ ਐਸੇ ਹਾਲਤ ਵਿੱਚ ਆਪ ਜੀ 19 ਅਕਤੂਬਰ 1977 ਨੂੰ ਸਿੱਖਾਂ ਨੂੰ ਸਦੀਵੀ ਵਿਛੋੜਾ ਦੇ ਗਏ। ਆਤ ਗਰੀਬ ਹਿੰਦੂ ਘਰਾਣੇ ਵਿੱਚ ਨੱਥੂ ਰਾਮ ਦੇ ਨਾਮ ਨਾਲ ਜਨਮ ਲੈ ਕੇ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਨਾਲ ਡਾਕਟਰ ਸਾਹਿਬ ਦੇ ਰੂਪ ਤੱਕ ਨਿਕਲਣ ਵਾਲੇ ਇਸ ਇਨਸਾਨ ਦੀ ਸ਼ਖਸੀਅਤ ਇਨਸਾਨੀ ਕਲਮ ਦੇ ਬਿਆਨ ਤੋਂ ਬਾਹਰ ਹੈ ਜੋ ਦੇਣ ਆਪ ਜੀ ਨੇ ਗੁਰਬਾਣੀ ਵਿਆਕਰਨ ਅਤੇ ਵਿਆਕਰਨ ਅਨੁਸਾਰ ਗੁਰੂ ਗ੍ਰੰਥ ਸਾਹਿਬ ਦਰਪਣ ਦੇ ਰੂਪ ਪੰਜਾਬੀ ਸਾਹਿਤ ਅਤੇ ਸਿੱਖ ਕੌਮ ਨੂੰ ਦਿੱਤੀ ਹੈ ਉਸ ਦੀ ਹੋਰ ਕੋਈ ਮਿਸਾਲ ਨਹੀਂ ਮਿਲਦੀ ਆਪ ਜੀ ਦਾ ਸਾਰਾ ਜੀਵਨ ਸੱਚਾ ਸੁੱਚਾ ਸੰਜਮੀ ਥੋੜੀਆਂ ਲੋੜਾਂ ਵਾਲਾ ਥੋੜਾ ਬੋਲਣ ਵਾਲਾ ਪਰ ਦ੍ਰਿੜ ਇਰਾਦੀ ਲਗਨਮਈ ਅਤੇ ਕੁਰਬਾਨੀ ਦਾ 크리스마ਸੀ ਸਾਰਾ ਸਮਾਂ ਹੀ ਘੜੀ ਦੀਆਂ ਸੂਈਆਂ ਨਾਲ ਬੰਨਿਆ ਹੁੰਦਾ ਜਦੋਂ ਆਪ ਜੀ ਨੂੰ ਇੱਕ ਵਾਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਵੱਖ-ਵੱਖ ਜਮਾਤਾਂ ਦੇ ਸਿਲੇਬਸ ਅਨੁਸਾਰ ਵਿਆਕਰਣ ਲਿਖਣ ਲਈ 20000 ਰੁਪਏ ਦੀ ਭੇਟਾ ਦੇਣ ਲਈ ਕਿਹਾ ਤਾਂ ਆਪ ਜੀ ਨੇ ਸਾਰਾ ਸਮਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਟਿੱਕ ਨੂੰ ਦੇਣ ਲਈ ਇੰਨੀ ਵੱਡੀ ਰਕਮ ਵੀ ਠੁਕਰਾ ਦਿੱਤੀ ਅਤੇ ਆਪਣਾ ਪਲ-ਪਲ ਗੁਰੂ ਪ੍ਰਤੀ ਅਰੰਭੇ ਕੰਮ ਨੂੰ ਹੀ ਸੌਂਪਿਆ ਆਪ ਜੀ ਦਾ ਜੀਵਨ ਕਿੰਨਾ ਸਾਦਾ ਅਤੇ ਕਿੰਨਾ ਸੰਜਮੀ ਸੀ ਇਸ ਦੀ ਇੱਕ ਮਿਸਾਲ ਆਪ ਜੀ ਨੂੰ ਡਾਕਟਰ ਆਫ ਲਿਟਰੇਚਰ ਦੀ ਡਿਗਰੀ ਮਿਲਣ ਸਮੇਂ ਮਿਲਦੀ ਹੈ ਜਦੋਂ ਆਪ ਜੀ ਰਾਬਰਟ ਐਰਾਂ ਦੇ ਥੱਲੇ ਵਾਲੇ ਇੰਚ-ਇੰਚ ਮੋਟੇ ਹੰਡੇ ਹੋਏ ਪੁਰਾਣੇ ਅਤੇ ਗਾਂਢਿਆ ਵਾਲੇ ਬੂਟ ਪਾ ਕੇ ਇੱਕ ਸਸਤਾ ਤੌਲੀਆ ਮੋਢੇ ਉੱਤੇ ਸੁੱਟ ਕੇ ਬਿਨਾ ਪ੍ਰੈਸ ਕੀਤੇ ਕੁੜਤੇ ਪਜਾਮੇ ਨਾਲ ਡਾਕਟਰ ਆਫ ਲਿਟਰੇਚਰ ਬਣ ਲਈ ਤਿਆਰ ਹੋਏ ਤਾਂ ਸਾਰੇ ਪਰਿਵਾਰ ਨੇ ਆਪ ਜੀ ਨੂੰ ਆਪਣਾ ਪਹਿਰਾਵਾ ਬਦਲਣ ਲਈ ਕਿਹਾ ਤਾਂ ਆਪ ਜੀ ਨੇ ਜਵਾਬ ਦਿੱਤਾ ਕਿ ਵਿਖਾਵਾ ਸਾਰੀ ਉਮਰ ਨਹੀਂ ਕੀਤਾ ਹੁਣ ਕਿਸ ਨੂੰ ਖੁਸ਼ ਕਰਨ ਲਈ ਕਰਨਾ ਹੈ ਸਾਰੇ ਬੱਚਿਆਂ ਦੇ ਆਨੰਦ ਕਾਰਜ ਇਸ ਸਾਦਗੀ ਨਾਲ ਕੀਤੇ ਕਿ ਗਵਾਂਡੀਆਂ ਨੂੰ ਹੀ ਵਿਆਹ ਹੋਣ ਤੋਂ ਬਾਅਦ ਪਤਾ ਲੱਗਦਾ ਦੋ ਪੁੱਤਰਾਂ ਦੇ ਵਿਆਹ ਤੇ ਤਾਂ ਆਪ ਜੀ ਘਰ ਹੀ ਬੈਠੇ ਰਹੇ ਅਤੇ ਵੱਡੇ ਵੀਰ ਜਾ ਕੇ ਛੋਟੇ ਵੀਰਾਂ ਨੂੰ ਵਿਆਹ ਲਿਆਏ ਆਪ ਜੀ ਦੇ ਸੁਭਾਅ ਦੀ ਮਿਠਾਸ ਨਿਮਰਤਾ ਬਿਗਬਤਾ ਧ੍ਰਿੜ ਲਗਨ ਬਿਵੇਕ ਬੁੱਧ ਖੋਜੀ ਸੁਭਾਅ ਅਤੇ ਮਹਾਨ ਲਿਖਣ ਸ਼ੈਲੀ ਆਪ ਜੀ ਨੂੰ ਇੱਕ ਸੰਪੂਰਨਤਾ ਦੇ ਨੇੜੇ ਪਹੁੰਚਿਆ ਇਨਸਾਨ ਬਣਾਉਂਦੀਆਂ ਹਨ ਆਪ ਜੀ ਦੀਆਂ ਸਾਰੀਆਂ ਹੀ ਰਚਨਾਵਾਂ ਕਈ ਯੂਨੀਵਰਸਟੀਆਂ ਵਿਦਿਆਰਥੀਆਂ ਲਈ ਡਾਕਟਰ ਰੇਡ ਦਾ ਆਧਾਰ ਹਮੇਸ਼ਾ ਬਣਿਆ ਰਹਿਣ ਗਿਆ ਸਰੋਤ ਗੁਰਮਤ ਐਲੀਮੈਂਟਰੀ ਕੋਰਸ ਆਵਾਜ਼ ਭਾਈ ਗੁਰਜੰਟ ਸਿੰਘ ਰੂਪਵਾਲੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ